ਦੋਸਤੋ, ਅੱਜ ਮੈਂ ਤੁਹਾਨੂੰ ਲੈ ਕੇ ਆਇਆ ਦੀਨਾ ਸਾਹਿਬ ਗੁਰਦੁਆਰਾ। ਇਹ ਦੇਖੋ ਜੀ, ਇਹ ਬੋਰਡ ਲੱਗਿਆ ਹੋਇਆ ਹੈ ਅਤੇ ਇਹ ਦੇਖੋ, ਇਹ ਉੱਪਰ ਲਿਖਿਆ ਹੈ ਗੁਰਦੁਆਰਾ ਜ਼ਫਰਨਾਮਾ ਸਾਹਿਬ ਪਿੰਡ ਦੀਨਾ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1705 ਵਿੱਚ ਜ਼ਫਰਨਾਮਾ ਲਿਖਿਆ ਗਿਆ ਸੀਗਾ ਔਰੰਗਜ਼ੇਬ ਨੂੰ। ਅਤੇ ਆਪਾਂ ਤੁਹਾਨੂੰ ਗੁਰਦੁਆਰਾ ਅੰਦਰੋਂ ਦਿਖਾਉਂਦੇ ਹਾਂ। ਇਹ ਦੇਖੋ ਜੀ, ਇਹ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ। ਇਸ ਗੁਰਦੁਆਰਾ ਸਾਹਿਬ ਨੂੰ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਦੀਨਾ ਮੋਗਾ ਕਿਹਾ ਜਾਂਦਾ ਹੈ। ਇੱਧਰ ਹੈ ਜੀ ਗੁਰਦੁਆਰਾ ਸਾਹਿਬ। ਇਹ ਦੇਖੋ ਜੀ, ਇੱਧਰ ਵੀ ਇਤਿਹਾਸ ਲਿਖਿਆ ਹੋਇਆ ਹੈ। ਇੱਥੇ ਇੱਕ ਦੇਸੂ ਤਰਖਾਣ ਰਹਿੰਦਾ ਸੀ, ਜਿਸਨੇ ਇੱਕ ਪਲੰਗ ਬਣਾਇਆ ਸੀਗਾ, ਜਿਸ ਦੇ ਵਿੱਚ ਉਹ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਸ ਉੱਤੇ ਵਿਰਾਜਮਾਨ ਹੋਣ ਅਤੇ ਇੱਥੇ ਉਸਨੂੰ ਨਿਹਾਲ ਕਰਨ। ਅਤੇ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਅਤੇ ਉਹਨਾਂ ਨੇ ਉਸ 'ਤੇ ਪਲੰਗ ਦੇ ਉੱਤੇ ਬੈਠੇ ਸਨ ਜੀ। ਅਤੇ ਇੱਥੇ ਸੰਗਤਾਂ ਨੂੰ ਵੀ ਉਹਨਾਂ ਨੇ ਨਿਹਾਲ ਕੀਤਾ ਸੀ। ਅਤੇ ਫਿਰ ਇੱਥੇ ਜਿਹੜਾ ਹੈਗਾ ਜ਼ਫਰਨਾਮਾ ਉਹਨਾਂ ਦੁਆਰਾ ਲਿਖਿਆ ਗਿਆ ਸੀਗਾ। ਅਤੇ ਇਸ ਥਾਂ ਨੂੰ ਉਹਨਾਂ ਨੇ ਲੋਹਗੜ੍ਹ ਦਾ ਨਾਮ ਦਿੱਤਾ ਸੀ। ਦੇਖੋ ਜੀ, ਦਰਬਾਰ ਸਾਹਿਬ ਇੱਧਰ ਹੈ। ਗੁਰਦੁਆਰਾ ਸਾਹਿਬ ਅਸੀਂ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ। ਇਹ ਹੈ ਜੀ ਗੁਰਦੁਆਰਾ ਸਾਹਿਬ। ਇੱਧਰਲੇ ਪਾਸੇ ਹੈ ਜੀ ਸਰੋਵਰ। ਦੇਖੋ ਜੀ, ਇੱਧਰ ਸਰੋਵਰ ਹੈ। ਆਹ ਦੇਖੋ ਜੀ, ਇੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ। ਅਤੇ ਇਸ ਦੇ ਨਾਲ ਹੀ ਇੱਧਰਲੇ ਪਾਸੇ ਲੰਗਰ ਹਾਲ ਹੈ। ਇਹ ਹੈ ਜੀ ਨਿਸ਼ਾਨ ਸਾਹਿਬ। ਇਹ ਦੇਖੋ, ਇੱਧਰ ਹੈ ਜੀ ਲੰਗਰ ਹਾਲ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ, ਜ਼ਿਲ੍ਹਾ ਮੋਗਾ। ਇੱਥੇ ਜ਼ਫਰਨਾਮਾ ਲਿਖਿਆ ਗਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਆਪਣੇ ਇਤਿਹਾਸ ਬਾਰੇ ਬੱਚੇ ਜਾਣ ਸਕਣ, ਉਹਨਾਂ ਨੂੰ ਪਤਾ ਲੱਗ ਸਕੇ ਕਿ ਆਪਣਾ ਇਤਿਹਾਸ ਕਿੰਨਾ ਮਹਾਨ ਹੈ।